ਇਹਨਾਂ ਪਿੱਛੋਂ ਮਾਰੀ ਫਿਰ ਇਹ ਘੁੰਮ ਕੇ ਗੱਡੀ ਤੇ ਨਾਲ ਨਾਲ ਆਹ ਹੀ ਫਟ ਕਰਦਾ ਆਪਣੇ ਪਾਸੇ ਪਰਚੋਂ ਉੱਤਰ ਮੇਰੇ ਮੋਢੇ ਗੱਡੀਆਂ ਜਾ ਰਹੀ ਸੀ, ਮੈਂ ਉਹਨਾਂ ਦੇ ਮਗਰ ਜਾ ਰਿਹਾ ਸੀਗਾ ਅਤੇ ਉਹ ਮਗਰ ਟਿੱਪਰ ਵਾਲਾ ਤੇਜ਼ ਸੀਗਾ ਸਰ, ਉਹਨੂੰ ਲਿਆ ਕੇ ਪਹਿਲਾਂ ਮੇਰੇ ਗੱਡੀ 'ਚ ਮਾਰੀ ਜੋ ਉਹਨਾਂ ਉਹ 'ਚ ਮੋਢੇ ਜਿਹੜੀ ਮੇਰੀ ਗੱਡੀ ਜਾਂਦੀ ਮੇਰੀ ਗੱਡੀ ਜਾ ਕੇ ਉਹ 'ਚ ਵੱਜੀ ਅਤੇ ਮੁੜ ਕੇ ਹੁਣ ਟਿੱਪਰਾਂ ਨੇ ਜਿੱਦਾਂ ਦੂਸਰੇ ਪੱਖੇ ਨਾਲ ਪੱਟਿਆ, ਦੂਸਰੇ ਪੱਖੇ ਦੂਜੀਆਂ ਗੱਡੀਆਂ ਜਾ ਕੇ ਮਾਰੇ ਉਹਨਾਂ ਨੇ ਜੀ ਅਤੇ ਮੇਰੇ ਹੈਲੋ ਹਾਂਜੀ, ਮੇਰਾ ਨਾਂ ਸਰ ਜਗਜੀਵਨ ਕੁਮਾਰ ਆ, ਜਗਜੀਵਨ ਕੁਮਾਰ ਮੇਰਾ ਨਾਂ ਸਰ। ਸਰ ਆਪਾਂ ਪੁਲ ਤੋਂ ਉੱਤਰ ਰਹੇ ਸੀਗੇ, ਪੁਲ ਤੋਂ ਉੱਤਰ ਮੇਰੇ ਮੋਢੇ ਗੱਡੀਆਂ ਜਾ ਰਹੀ ਸੀ, ਮੈਂ ਉਹਨਾਂ ਦੇ ਮਗਰ ਜਾ ਰਿਹਾ ਸੀਗਾ ਅਤੇ ਉਹ ਮਗਰ ਟਿੱਪਰ ਵਾਲਾ ਤੇਜ਼ ਸੀਗਾ ਸਰ, ਉਹਨੂੰ ਲਿਆ ਕੇ ਪਹਿਲਾਂ ਮੇਰੇ ਗੱਡੀ 'ਚ ਮਾਰੀ ਜੋ ਉਹਨਾਂ ਉਹ 'ਚ ਮੋਢੇ ਜਿਹੜੀ ਮੇਰੀ ਗੱਡੀ ਜਾਂਦੀ ਮੇਰੀ ਗੱਡੀ ਜਾ ਕੇ ਉਹ 'ਚ ਵੱਜੀ ਅਤੇ ਮੁੜ ਕੇ ਹੁਣ ਟਿੱਪਰਾਂ ਨੇ ਜਿੱਦਾਂ ਦੂਸਰੇ ਪੱਖੇ ਨਾਲ ਪੱਟਿਆ, ਦੂਸਰੇ ਪੱਖੇ ਦੂਜੀਆਂ ਗੱਡੀਆਂ ਜਾ ਕੇ ਮਾਰੀ ਉਹਨਾਂ ਨੇ ਜੀ ਅਤੇ ਮੇਰੇ ਗੱਡੀ ਘੁੰਮ ਗਈ ਦਾ। ਮੈਂ ਸਰ ਉੱਧਰੋਂ ਆ ਰਿਹਾ ਜਲੰਧਰ ਸਾਈਡ ਤੋਂ ਆ ਰਿਹਾ ਸੀਗਾ, ਇੱਥੇ ਸਰ ਲੁਧਿਆਣੇ ਆਉਣਾ ਸੀਗਾ ਮੈਂ, ਇੱਥੇ ਅੰਕਲ ਹੁਣ ਇੱਥੇ ਮੈਰਿਜ 'ਤੇ ਆਏ ਸੀ, ਉਹਨਾਂ ਲੈਣ ਆ ਰਿਹਾ ਸੀ ਮੈਂ ਸਰ। ਹਾਂਜੀ ਹਾਂਜੀ ਸਰ, ਇਹ ਤਾਂ ਸਰ ਰਿਪੇਅਰ ਕੀਤੀ ਕਰਾ ਕੇ ਦਿੱਤੀ ਜਾਵੇ ਸਰ ਮੈਨੂੰ, ਅਤੇ ਟਿੱਪਰ ਨਹੀਂ ਹਾਲੇ ਤੱਕ ਨਹੀਂ ਕੋਈ ਆਇਆ ਸਰ, ਉਹ ਡਰਾਈਵਰ ਹੀ ਇੱਥੇ ਹਲੇ ਵਾ, ਉਹਨੂੰ ਫੋਨ ਕੀਤਾ ਭਾਅ ਜੀ ਨੇ, ਉਹ ਕਹਿੰਦੇ ਸੀ ਕਿ ਕੀਤਾ ਆ ਅਤੇ ਪਹਿਲਾਂ ਕਹਿੰਦੇ ਕਿ ਫੋਟੋ ਮਾਲ ਕਹਿੰਦੇ ਹੁਣ ਭੇਜੋ ਮੈਨੂੰ, ਉਹ ਕਹਿੰਦੇ ਫੋਟੋ ਨਹੀਂ ਭੇਜਣੇ ਤੁਸੀਂ ਇੱਥੇ ਆਵੋ, ਕਹਿੰਦਾ ਗੱਡੀਆਂ ਨੁਕਸਾਨ ਬਹੁਤ ਕੀਤੇ ਆ ਨਾ ਅਤੇ ਇਸ ਕਰਕੇ ਇੱਥੇ ਆਵੋ ਤਾਂ ਦਿਖਾਉਣ ਕਿਵੇਂ ਆਏ। ਹਾਂਜੀ ਬ੍ਰੇਕ ਫੇਲ ਹੋ ਗਏ ਜੀ, ਬ੍ਰੇਕ ਨਹੀਂ ਫੇਲ ਹੋਏ, ਕਹਿੰਦੇ ਬ੍ਰੇਕ ਲੱਗੇ ਨਹੀਂ, ਸਹੀ ਗੱਲ ਨਹੀਂ ਦੱਸੋ ਬ੍ਰੇਕ ਨਹੀਂ ਲੱਗੇ, ਜਿਵੇਂ ਤੇਜ਼ ਕਿੰਨੇ ਕੁ ਸੀ? ਨਹੀਂ ਓਵਰ ਸਪੀਡ ਨਹੀਂ, ਨਾਰਮਲ ਸੀ, ਨਾਰਮਲ ਸੀਗੀ, ਉੱਪਰੋਂ ਢਾਲ ਤੋਂ ਨਾਰਮਲ ਹੈ, ਕਿਵੇਂ ਫਿਰ ਵੱਜ ਕਿਵੇਂ ਗਈ ਯਾਰ? ਉਹ ਕਿਹੜਾ ਮੀਟਰ ਚੱਲਦੇ ਆ ਸਪੀਡ ਤੇ, ਉਹਦੇ ਮਗਰ ਨੰਬਰ ਪਲੇਟ ਨਹੀਂ ਲਾਈ, ਪਾਰਟ ਚੱਲਦਾ ਨਹੀਂ ਪਿਆ, ਨੰਬਰ ਪਲੇਟ ਇੱਕ ਵਿੱਚ ਰੇਤਾ ਉਦੋਂ ਨੰਬਰ ਪਲੇਟ ਹੈ ਨਹੀਂ, ਆ ਹੈ ਤਾਂ ਹੈ, ਬੈਕ ਸਾਈਡ ਨਹੀਂ, ਬੈਕ ਦੇ ਨਹੀਂ ਹੈਗੀ, ਅਲਾਊਡ ਤਾਂ ਦੋਨੋਂ ਪਾਸੇ ਹੀ ਹੈ ਨਾ। ਹੁਣ ਯਾਰ ਕੀ ਕਰੀਏ, ਡੇਢ ਘੰਟਾ ਹੋ ਗਿਆ ਤੇ ਮਾਲਕ ਨੇ ਮਾਲਕ ਕਿੱਦਾਂ ਲੱਗਿਆ? ਆਉਂਦੇ 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 ਕਿੰਨਾ ਦੀ ਗੱਡੀ ਹੈ? ਕੁਲਵਿੰਦਰ ਦੀ, ਕਿੱਥੇ ਦੇ ਹੈ? ਸਿਮਲਾਪੁਰੀ ਦੇ, ਮਿੱਟੀ ਆ, ਆਹ ਦੇਖ ਲਾਡੂ ਵਾਲ, ਨਹੀਂ ਨਹੀਂ ਲਾਡੂ ਵਾਲ ਤੋਰਾ ਬੰਨ ਤੋਂ ਨਹੀਂ, ਉਰਾਂ ਹੀ ਪੱਟਦੇ ਨੇ ਖੱਡਾ ਲਾਇਆ ਹੋਇਆ, ਰੋਡ ਐਕਸੀਡੈਂਟ ਹੋਇਆ ਸੀਗਾ, ਗੱਡੀਆਂ ਆਈਆਂ ਜੀ ਦੋਨਾਂ ਦੇ, ਐਕਸੀਡੈਂਟ ਹੋਣ ਕਰਕੇ ਜਾਮ ਲੱਗ ਗਿਆ ਸੀਗਾ, ਮੈਨੂੰ ਮੌਕੇ ਤੇ ਕਿਸੇ ਬੰਦੇ ਨੇ, ਇਹਨਾਂ ਨੇ ਕਿਸੇ ਬੰਦੇ ਨੇ ਕਿਸੇ ਨੂੰ ਕਾਲ ਨਹੀਂ ਕੀਤੀ, ਕੁਛ ਨਹੀਂ ਕੀਤਾ, ਰੋਡ ਜਾਮ ਸੀਗਾ, ਮੈਨੂੰ ਰਾਹਗੀਰਾਂ ਨੇ ਦੱਸਿਆ ਕਿ ਮੈਂ ਗੱਡੀਆਂ ਸਾਈਡ 'ਤੇ ਲਵਾ ਕੇ ਜਿਹੜੀਆਂ ਗੱਡੀਆਂ ਐਕਸੀਡੈਂਟ ਹੋਈਆਂ ਉਹ ਆਈ ਓ ਦੇ ਹਵਾਲੇ ਕਰ ਦਿੱਤੀਆਂ। ਸਰ ਕਿੰਨੀਆਂ ਗੱਡੀਆਂ ਤੇ ਟਿੱਪਰ ਵਾਲੇ ਨੇ ਮਾਰੀਆਂ? ਦੋ ਕਾਰਾਂ ਦੇ ਐਕਸੀਡੈਂਟ ਹੋਇਆ, ਇੱਕ ਟਿੱਪ ਨਹੀਂ, ਜਾਨੀ ਮਾਲੀ ਨੁਕਸਾਨ ਨਹੀਂ ਹੋਇਆ, ਉੱਦਾਂ ਗੱਡੀਆਂ ਦਾ ਨੁਕਸਾਨ ਹੈਗਾ। ਹਾਂਜੀ ਟਿੱਪਰ ਦਾ ਮਾਲਕ, ਟਿੱਪਰ ਦਾ ਮਾਲਕ ਤਾਂ ਮੌਕੇ 'ਤੇ ਥੋੜ੍ਹਾ ਬੈਠਾ ਹੁੰਦਾ, ਉਹਦਾ ਡਰਾਈਵਰ ਹੈਗਾ, ਡਰਾਈਵਰ ਹਵਾਲੇ ਆ, ਪੁਲਿਸ ਦਾ ਹਵਾਲੇ ਕਰ ਦਿੱਤਾ ਜੀ, ਅਤੇ ਦੋ ਗੱਡੀਆਂ ਖੜੀਆਂ ਤੁਹਾਡੇ ਸਾਹਮਣੇ ਨਹੀਂ, ਤੇ ਗੱਡੀ ਹੋਦਾ ਤਾਂ ਤੇਜ਼, ਮੈਂ ਕਿਹੜਾ ਮੌਕੇ 'ਤੇ ਸੀਗਾ ਵੀ ਕੀ ਆ ਕੀ ਨਹੀਂ, ਐਕਸੀਡੈਂਟ ਤਾਂ ਹੁੰਦਾ ਹੀ ਹੈ, ਤਾਂ ਕੋਈ ਮੈਡੀਕਲ ਤਾਂ ਹੁਣ ਤਾਂ ਪਤਾ ਲੱਗੂਗਾ ਜੀ, ਆਈ ਓ ਦੇ ਹਵਾਲੇ ਕਰਤਾ ਟਿੱਪਰ ਵਾਲਾ ਵੀ ਉਹ ਗੱਡੀ। ਹਾਂਜੀ
ਅਗਲੀ ਕਾਰਵਾਈ ਆਈਓ ਜਿਹੜੇ ਹੈਗੇ ਉਹ ਕਰਨਗੇ ਕੀ ਹਵਾਲੇ ਹੁੰਦਾ ਕੀ ਹੈ।